ਸ਼ਾਦੀ ਹਾਲ ਜਾਏਗੀ ਬਰਾਤ ਬਸ ਤੁਸੀਂ ਆਪਣੀਆਂ ਭੈਣਾਂ ਤਿਆਰ ਕਰਕੇ ਉੱਥੇ ਲੈ ਕੇ ਆਓ ਮੈਂ ਮੁੰਡਾ ਵਿਆਹ ਨੂੰ ਉੱਥੇ ਜਾਵਾਂਗਾ ਉੱਥੋਂ ਲੈ ਕੇ ਘਰ ਮੇਰੀ ਤਾਂ ਸਭ ਤੋਂ ਤਿਆਰ ਹੋ ਗਈ ਉਹਨੂੰ 17,000 ਲੱਗ ਗਿਆ ਜੀ ਭੈਣ ਨੂੰ ਇਹਦੀ ਭੈਣ ਇੰਨੀ ਆ ਕਿ 1.5 ਮਨ ਦਾ ਪਾਊਡਰ ਲੱਗ ਗਿਆ ਉਹਨੂੰ ਇੰਨੀ ਨੂੰ ਲੈ ਜਾਓ ਉਹ ਉਹਨੇ ਤੇ ਫਟਕੜੀ ਵੀ ਕੋਲ ਰੱਖੀ ਹੈ ਲੈ ਜਾਓ ਹਾਂ ਕਹਿੰਦੀ ਵਾਹ ਫਲੇਵਰ ਟੈਪ ਆ ਨਾ ਫਲੇਵਰ ਟੈਪ ਅੱਗੇ ਕਿਸੇ ਦੀ ਧੀ ਭੈਣ ਦਾ ਘਰ ਬਾਹਰ ਨਹੀਂ ਉਹਦੀ ਕਹਿੰਦੀ ਨਹੀਂ ਕਰੀ ਲਾਉਂਦਾ ਰੋਣ ਆ ਤੂੰ ਇਹਦਾ ਤਾਂ ਸਾਰੀਆਂ ਆਪਣੀਆਂ ਦੇ ਦੇ ਮੈਂ ਰਹਿ ਜਾਊਂ ਉਹ ਯਾਰ ਬਰਾਤ ਤਾਂ ਉੱਥੇ ਬਰਾਤ ਉੱਥੇ ਜਾਏਗੀ ਕੁੜੀਆਂ ਤਿਆਰ ਕਰਕੇ ਤੁਸੀਂ ਉੱਥੇ ਲੈ ਆਓ ਚਲੋ ਜਾਓ ਮੇਰਾ ਪੁੱਤ ਚੱਲ ਨਹੀਂ ਸਵੇਰੇ ਨਾ 7 ਵਜੇ ਤੁਸੀਂ ਜੋਗੀ ਚੌਂਕ ਆਉਣਾ ਉਹ ਕਿਉਂ ਮੈਂ ਤੁਹਾਨੂੰ ਅੱਗ ਲਾ ਕੇ ਇਤਜਾਜ ਕਰਨਾ ਚੱਲ 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 ਕਰਦਾ ਨਿਕਲ ਲੈ ਤੂੰ ਉਹ ਚੱਲ ਨਿਕਲ ਇੱਥਾ ਅੱਲਾ ਕਰੇ ਤੁਸੀਂ ਰੱਜ ਕੇ ਕੜੀ ਖਾਓ ਸਵੇਰੇ ਉੱਠੋ ਤੇ ਤੁਹਾਨੂੰ ਪਤਾ ਲੱਗੇ ਕਿ ਕੜੀ ਨਹੀਂ ਸੀ ਹਾਂ ਵੀ ਕਾਕਾ ਚੱਲ ਬਾਤ ਕਰਤਾ ਲੱਗਦਾ ਸੰਜੂ ਨੇ ਵੇਖੀ ਚਲੋ ਤਿਆਰੀ ਕਰੋ ਜਾ ਕੇ ਬਹਿ ਜਾ ਯਾਰ ਲੱਗਦਾ ਪੂਰਾ ਜ਼ਿਲ੍ਹਾ ਟੋਲ ਗਿਆ ਇਹ ਚੱਜ ਆਏਗੀ ਚੱਜ ਮਾਮਾ ਜ਼ਹਿਨ ਚ ਰੱਖੇ ਆਪਣੀ ਭੈਣ ਨਾਲ ਸਰੂਰ ਪਿਆਉਣੀ ਚਲ ਖਾਣਾ ਕੱਟਦੇ ਆ ਅੰਦਰ ਚਲ ਜਲਦੀ ਜਲਦੀ ਬਰਾਤ ਤੋਰਨ ਵਾਲੀ ਗੱਲ ਕਰੋ ਪਾਪਾ ਜੀ ਮੈਂ ਜਿਹੜੀ ਗੋਲੀ ਖਾਧੀ ਨਾ ਮੈਂ ਘੰਟਾ ਵੀ ਲੇਟ ਹੋ ਗਿਆ ਤੇ ਦਵਾਈ ਸਿੱਧੀ ਮੇਰੇ ਗੁਰਦਿਆਂ ਨੂੰ ਪੈਣੀ ਜੁੱਤੀਆਂ ਤੋਂ ਉੱਚੀ ਅੱਡੀ ਵਾਲੀਆਂ ਜੁੱਤੀਆਂ ਤੋਂ ਕੱਠੇ ਕੱਪੜਿਆਂ ਤੋਂ
ਫਿਲਮਾਂ ਬਣਵਾ ਲਓ ਮੇਰੇ ਕੋਲ। ਉਹ ਭਾਈ ਜੀ ਗੱਲ ਪਤਾ ਭਾਈ ਜੀ ਕੀ ਹੁੰਦਾ ਭਾਈ ਜੀ ਮੈਂ ਸ਼ੁਕਰ ਕਰ ਤੁਹਾਡੇ ਘਰ ਆ ਗਏ। ਅੱਛਾ ਜੀ ਤੁਹਾਡੇ ਘਰ ਅੱਜ ਤੱਕ ਪਰੌਣਾ ਆਇਆ ਨਹੀਂ? ਪਰੌਣੇ ਆਉਂਦੇ ਜਨਾਬ? ਨਹੀਂ ਜਨਾਬ, ਪਹਿਲਾਂ ਮੂੰਹ ਹੀ ਖੁਦ ਖੁਦ ਆਣਾ ਨਹੀਂ ਓਏ ਖੰਡਰਾਂ ਨੂੰ ਖਲਕੜਾ ਕਰਨ ਵਾਲਿਆ ਵਿੱਚ ਨਾਲ ਪੀਕੇ ਆ ਗਏ ਭਾਈ ਜਾਨ ਤੁਹਾਡੇ ਕੋਲ। ਪੀਕੇ ਇਹ ਸੇਠ ਸਾਹਿਬ ਨੇ ਘਰ ਦੇ ਮਾਲਕ, ਇਹਨਾਂ ਦੀ ਫਿਲਮ ਬਣਾਉਣੀ ਹੈ। ਅੱਲਾ ਮਾਲਕ ਏ ਕੋਰਟ ਅਬਦੁਲ ਮਾਲਕ ਭਾਈ ਜੀ ਮੇਰੀ ਗੱਲ ਹੈ ਕਿ ਸਿੱਧੀ ਜੀ ਮੈਂ ਤੁਹਾਡੇ ਕੋਲ ਟਾਈਮ ਵਾਲਾ ਸ਼ਾਰਟ ਲੈ ਕੇ ਆਇਆ। ਅੱਛਾ ਜੀ ਫਿਲਮ ਜਿਹੜੀ ਜਿਹੜੀ ਬਣਾਉਣੀ ਉਹ ਬੰਦੇ ਮੇਰੇ ਮੂੰਹ ਤੇ ਆ ਬੰਦੇ ਨਾਮ ਇਹਨਾਂ ਦੀ ਇਹਨਾਂ ਦੀ ਬੂਥੀਆਂ ਹੈ ਫਿਰ ਤੁਹਾਡੀ ਚਪੇੜਾ ਨਾ ਖਾਲੀ ਮੇਰੇ ਕੋਲ ਕਿਲਕੋ ਖਾਲੀ ਕਿੰਨੀਆਂ ਮਾਰ ਦਿੰਦੇ ਅਸੀਂ ਪੈਸੇ ਦੇ ਤੇਰੇ ਤੇ 30,000 ਰੁਪਇਆ ਆਪਾਂ ਤੂੰ ਗੱਲਾਂ ਕਰਨਾ ਸਾਨੂੰ ਕਿਹਨੇ ਕੌਣ ਗੱਲਾਂ ਕਰਦਾ ਤੂੰ ਮੇਰੀ ਗੱਲ ਤਾਂ ਗੰਨਿਆਂ ਦੀ ਟਰਾਲੀ ਦੇ ਥੱਲੇ ਮੰਜੇ ਤੇ ਸੌਣ ਵਾਲੇ ਆ ਇਸ ਤਰ੍ਹਾਂ ਦਾ ਮੈਂ ਮਾਲਕ ਤੇ ਤੁਹਾਨੂੰ ਹਈ ਆ ਨਹੀਂ ਹੈਗੀ ਮਾਲਕ ਅਸੀਂ ਪੈਸੇ ਦੇ ਤੇ ਇਸ ਘਰ ਦੀ ਵੀਡੀਓ ਬਣਾਉਣੀ ਕੋਈ ਗੱਲਾਂ ਕਰਦਾ ਤੇ ਸਾਨੂੰ ਅਸੀਂ ਆਮ ਕੀ ਆ ਨਾ ਹੈ ਪੂਰੇ ਪਾਕਿਸਤਾਨ ਕੀ ਨਾ ਦੇ ਪੀਕੇ ਪੀਕੇ ਫਿਲਮ ਬਣਾ ਬੂਥੀਆਂ ਵੇਖੋ ਤੇ ਵੀਡੀਓ ਦੇ ਜਾਓ ਆਪਣਾ ਮੂੰਹ ਇਹਦਾ ਜਿਵੇਂ ਬੂਟ ਵੱਡੀ ਲਵਾਈ ਹੁੰਦੀ ਉਹ ਬਗੈਰ ਇੱਟਾਂ ਲੱਦੀਆਂ ਤੋਂ ਆਇੰਜਾਂ ਨੇ ਕਰਨ ਵਾਲੇ ਤੇ ਕੀ ਬਣਾ ਲਿਆ ਤਾ 30,000 ਰੁਪਿਆ ਜਿੰਨਾ ਡਿਮਾਂਡ ਜਨਾਬ ਇਹਦੇ ਕੋਲ ਚਵਲ ਆਦਮੀ ਉਹ ਸਾਰੇ ਜਾਣਦਾ ਉਹ ਇਹ ਨਹੀਂ ਪਤਾ ਅਸਲਾਮ ਨੇ ਕਰੂ ਜਾ ਨਾ ਉਹ ਕਾਹ ਦੇਗਾ ਮੈਂ ਕੀਤੀ ਸੀ ਕੀ ਸਾਡਾ ਸੇਠ ਸਾਹਿਬ ਨਾਲ ਲੋ ਹੈਲੋ ਲੋਕਲ ਇਸਮਾਇਲ ਸ਼ਾਹ ਸੁਣ ਲਾ ਕਿਉਂ ਤੇ ਨਹੀਂ ਸੁਣਨਾ ਵਜਾ ਭਾਈ ਜੀ ਮੇਰੇ ਕੋਲ ਭਾਵੇਂ ਲੱਖਾਂ ਰੁਪਇਆ ਹੱਥੋਂ ਲੈ ਲਓ ਅੱਛਾ ਇਹ ਬੰਦੇ ਦੀ ਬੂਥੀ ਵਿੱਚ ਵਜਾ ਕਿਉਂ ਨਹੀਂ ਆਉਂਦੇ ਤੇ ਦੱਸ ਨਾ ਤੂੰ ਇਸ ਘਰ ਦਾ ਮੈਂ ਮਾਲਕ ਆ ਮੁੰਡੇ ਦਾ ਪਿਓ ਆ ਤੇਰੀ ਮਾਂ ਦਾ ਖਸਮ ਨਹੀਂ ਮੇਰੇ ਮੂਵੀ ਚ ਨਹੀਂ ਆਉਣਾ ਮੈਂ ਮੇਰੀ ਮਾਂ ਦਾ ਖਸਮ ਹੋ ਹੀ ਨਹੀਂ ਸਕਦਾ ਕਿਉਂ ਮੇਰੇ ਪਿਓ ਦੇ ਗੋਡੇ ਤੇ ਤੈਨੂੰ ਚੰਗਾ ਜ਼ਖਮ ਹੁੰਦਾ ਦੇਖੋ ਤਾਂ ਸਹੀ ਓਏ ਮੇਰੇ ਕੋਲ ਚਪੇੜਾ ਨਾ ਖਾਲੀ ਪੱਕ ਵੀ ਯਾਰ ਕਿੰਨੀਆਂ ਕਮਾ ਲੈ 5-7-15-20 ਮਦੋਲ ਦੇਗਾ ਬੜਾ ਕੰਮ ਕਰਨਾ ਹੈਲੋ ਮੇਰੀ ਗੱਲ ਸੁਣ ਸਿਲਾਈ ਮਸ਼ੀਨ ਦੇ ਇੰਜਨ ਕਰਨ ਵਾਲੇ ਗੱਲ ਸਮਝੋ ਮੇਰੇ ਕਾਫੀ ਜਨਾਬ ਭਾਈ ਜੀ ਗੱਲ ਸੁਣਨਾ ਮੇਰੀ ਫਿਲਮ ਮੈਂ ਬਣਾਉਣੀ ਤੁਹਾਡੇ ਮਿਆਰ ਦੇ ਮੁਤਾਬਕ ਪਤਾ ਤੁਸੀਂ ਬਹੁਤ ਅੱਛੀ ਮੂਵੀ ਬਣਾਉਂਦੇ ਹੋ ਅੱਲਾ ਦੀ ਮਿਹਰਬਾਨੀ ਨਾਲ ਜਿੱਥੇ ਵੀ ਗਏ ਅੱਜ ਤੱਕ ਲੋਕਾਂ ਦੇ ਵਿੱਚ ਮੂੰਹ ਹੀ ਨਹੀਂ ਆਇਆ ਮੈਂ ਤਾਂ ਤੁਹਾਨੂੰ ਕਾਹ ਨੂੰ ਸਮਝਦਾ ਸਮਝਦੇ ਜਨਾਬ ਖੜਾ ਹੋ ਜਵਰ ਨਾ ਹੋਵੇ ਤੇ ਕਿਸੇ ਚਾਂਦੀ ਚੂਤ ਖੱਚ ਜ਼ਮਾਨੇ ਦੀ ਕੌਣ ਤੂੰ ਕਦੀ ਇੰਜ ਕਰਕੇ ਵੇਖੋ ਸ਼ਾਇਦ ਤੁਸੀਂ ਹੋ ਓਏ ਕੱਢ ਮਾਰ ਚਲੋ ਦੇਖ ਲਓ ਇੱਕ ਮਿੰਟ ਬਕਵਾਸ ਕੀਤੀ ਨਾ ਤੈਨੂੰ ਮੈਂ ਬਹੁਤ ਮਾਰਨਾ ਮੈਨੂੰ ਦੱਸ ਦੇ ਬਸ ਕਰਿਆ ਕਰ ਜਾ ਕੰਮ ਕਰ ਜਾ ਸਾਰੀ ਉਮਰ ਲੋਕਾਂ ਦੀਆਂ ਵਾਢੀਆਂ ਕਰਦਾ ਇੱਥੇ ਮਾਲਕ ਬਣਿਆ ਮੇਰੇ ਪਿਛਲੇ ਆ ਗਏ ਨਾ ਤੁਹਾਡੇ ਅਗਲੇ ਨਹੀਂ ਲੱਭਣੇ ਹਸੈਨ ਮੰਜਨ ਸਾਹਿਬ ਟਰਾਲੀ ਦੇ ਟਰੈਕਟਰ ਦੇ ਉੱਤੇ ਲੱਗੇ ਸ਼ੀਸ਼ੇ ਦੇ ਨਾਲ ਸਲੰਸਰ ਚਾਚੇ ਕਰ ਲਈ ਜਾਣਾ ਦੋ ਆਪਾਂ ਕਰੋ ਵਿਆਹ ਭਾਜੀ ਇੰਨੀ ਆਈ ਚਲਾਈ ਮੇਰੇ ਕੋਲ ਨਹੀਂ ਹੋਣੀ ਮੈਂ ਤੁਸੀਂ ਦੱਸ ਦੱਸ ਮੈਂ ਪੂਰਾ ਪਤਾ
ਖਾ ਲੈਂਦਾ ਦਵਾਈ ਯਾਰ ਪਰ ਦੋ ਤਿੰਨ ਗੋਲੀਆਂ ਨਾ ਪਾਜੀ ਮੈਂ ਉਹ ਪਾਜੀ